ਪਦੌੜ ਦੇ ਵਾਜ਼ਾਖਾਨਾ ਰੋਡ ਤੇ ਮੀਰੀ ਪੀਰੀ ਕਾਲਜ ਨੇੜੇ ਇੱਕ ਕਬਾੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੁਕਾਨ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਦੇ ਗੁਆਂਢ ਵਿੱਚ ਕਿਸੇ ਵੱਲੋਂ ਅੱਗ ਲਗਾਈ ਗਈ ਸੀ ਤੇ ਉਹਨਾਂ ਵੱਲੋਂ ਅੱਗ ਲਾਉਣ ਵਾਲੇ ਨੂੰ ਅੱਗ ਲਾਉਣ ਤੋਂ ਰੋਕਿਆ ਵੀ ਗਿਆ ਸੀ, ਪਰ ਇਸ ਦੇ ਬਾਵਜੂਦ ਉਸਨੇ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਅੱਗ ਫੈਲਦੀ ਹੋਈ ਉਸਦੀ ਦੁਕਾਨ ਤੱਕ ਪਹੁੰਚ ਗਈ ਤੇ ਦੁਕਾਨ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਦੁਕਾਨ ਮਾਲਕ ਅਨੁਸਾਰ ਦੁਕਾਨ ਵਿੱਚ ਲੱਗੀ ਅੱਗ ਕਾਰਨ ਉਸਦੀਆਂ ਕਾਫ਼ੀ ਗੱਡੀਆਂ ਸੜ ਕੇ ਸਵਾਹ ਹੋ ਗਈਆਂ, ਜਿਸ ਵਿੱਚ ਉਸਦਾ ਤਕਰੀਬਨ 50 ਤੋਂ 55 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਦੁਕਾਨ ਵਿੱਚ ਪਏ ਕਬਾੜ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਉਦੋਂ ਵੀ ਉਸਦਾ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ। ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਸਨ, ਜਿਨ੍ਹਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਚਮਕੌਰ ਸਿੰਘ ਜੀ, ਜਿਹੜੀ ਇਹ ਅੱਗ ਲੱਗੀ ਹੈਗੀ, ਕਿੰਨਾ ਟਾਈਮ ਹੋ ਗਿਆ ਲੱਗੀ ਨੂੰ, ਕਿੱਥੋਂ ਲੱਗੀ ਆ, ਕਿੰਨਾ ਨੁਕਸਾਨ ਹੋਇਆ ਇਹਦੇ 'ਚ? ਇਹ ਨਾ ਜੀ ਉਸ ਫਾਇਦੇ ਕੋਲੇ ਲੱਗੀ ਹੈ ਜੀ ਅੱਗ, ਇਹ ਜੀ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਕਿਵੇਂ ਲੱਗੀ, ਕਿਵੇਂ ਵੀਰੇ ਲੱਗੀ ਜੀ? ਉਹ ਉਹਨਾਂ ਨੇ ਕੀ ਨਾਮ ਸੀਗਾ, ਜਮੇਰ, ਹਾਂ ਉਹ ਜਿਹੜਾ ਕਣਕ ਦੇ ਨਾੜ ਜੇ ਹੁੰਦੇ ਉਹਨੂੰ ਅੱਗ ਲਾਈ ਸੀਗੀ ਜੀ। ਅਸੀਂ ਉਹਨਾਂ ਨੂੰ ਰੋਕਿਆ ਬਹੁਤਾ ਵੀ ਨਾ ਲਾਓ ਨਾ ਲਾਓ, ਉਹਨਾਂ ਨੇ ਫਿਰ ਵੀ ਜੀ ਧੱਕੇ ਨਾਲ ਲਾਈ ਆ। ਕਿੰਨਾ ਟਾਈਮ ਇਹ ਅੱਗ ਚੱਲਦੀ ਰਹੀ ਇੱਥੇ ਅੰਦਰ? ਇਹਦਾ ਜੀ 1.5 ਘੰਟਾ ਚੱਲਦੀ ਰਹੀ ਹੈ ਜੀ, ਮਸਾਂ ਗੱਡੀਆਂ ਨਾਲ ਅਸੀਂ ਤਾਂ ਭਜਾਈ ਹੈ ਜੀ। ਧਮਾਕੇ ਹੁੰਦੇ ਰਹੇ ਅੰਦਰੋਂ, ਕਿਸ ਚੀਜ਼ ਦੀ ਸੀਗੀ ਜੀ ਇੱਥੇ? ਇਹ ਨਾ ਜੀ ਵਿੱਚੋਂ ਹੁੰਦੇ ਸੀਗੇ ਜਿਵੇਂ ਵਿੱਚ ਸਮਾਨ ਆ ਗੱਡੀਆਂ ਦਾ ਜੀ, ਉਹਨਾਂ ਦੀ ਹੋਈ ਗਈ। ਹਾਂ ਬੈਟਰ, ਕਿੰਨਾ ਟਾਈਮ ਅੱਗ ਚੱਲੀ ਹੈ ਜੀ? 2 ਘੰਟੇ ਚੱਲ ਗਈ ਜੀ। ਤੇ ਪਿੰਡ ਵਾਸੀਆਂ ਵੱਲੋਂ ਕਿਹੋ ਜਿਹਾ ਸਹਿਯੋਗ? ਬਹੁਤ ਸਹਿਯੋਗ ਹੋਇਆ ਜੀ ਪਿੰਡ ਵਾਸੀਆਂ ਵੱਲੋਂ। ਹਾਂ ਜੀ, ਫੇਰ ਹੀ ਬੁਝੀ ਹੈ ਜੀ, ਕਦੇ ਕੋਈ ਕੀਤਾ ਕਿਸੇ ਨੇ ਕੋਈ ਕੀਤਾ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਹਾਂ ਸੁਣ, ਤਾਂ ਇਹੀ ਮੰਗ ਆ ਜੀ ਵੀ ਮੈਨੂੰ ਉਹ ਬੰਦਿਆਂ ਤੋਂ ਮੁਆਵਜ਼ਾ ਦਵਾਇਆ ਜਾਵੇ ਜਿਹੜਾ ਮੇਰਾ ਨੁਕਸਾਨ ਹੋਇਆ ਜੀ। ਮੈਂ ਤਾਂ ਪਹਿਲਾਂ ਹੀ, ਮੇਰੇ 7-8 ਮਹੀਨੇ ਪਹਿਲਾਂ ਅੱਗ ਲੱਗ ਗਈ ਜੀ, ਉਹੀ ਮੇਰਾ 55-57 ਲੱਖ ਦਾ ਨੁਕਸਾਨ ਹੋਇਆ ਸੀਗਾ ਜੀ। ਮੈਂ ਤਾਂ ਪਹਿਲਾਂ ਵਾਲਾ ਰਾਸ ਨਹੀਂ ਆਇਆ ਜੀ ਮੰਜਿਆ ਹਜੇ। ਆਪਣੀ ਨਾ ਜੀ ਆਪਣੀ ਗੱਡੀ ਲਾਈ ਸੀ ਸਟੈਂਡ ਬਾਏ ਤੇ ਇੱਥੇ ਭਦੌੜ ਹੜੀ ਦਾ ਕਰਕੇ, ਉਸ ਇੱਥੇ ਖੜਦੇ ਆਪਣੇ 3 ਗੁਣੀ ਦੇ ਪੈਟਰੋਲ ਪੰਪ ਤੇ ਸਟੈਂਡ ਬਾਏ ਹੁੰਦੀ ਹੈ ਗੱਡੀ। ਉਹ ਮੁੰਡਿਆਂ ਨੇ ਕੁਦਰਤੀ ਧੂੰਆਂ ਨਿਕਲਦਾ ਦੇਖਿਆ ਤੇ ਉਹਨਾਂ ਨੇ ਗੱਡੀ ਪੈਟਰੋਲਿੰਗ ਤੇ ਕਰ ਲਈ ਵੀ ਦੇਖੇ ਹੋਣੇ ਵੀ ਕੋਈ ਮੌਕਾ ਦੇਖਦੇ ਹਾਂ ਵੀ ਧੂੰਆਂ ਨਿਕਲਦਾ ਲੱਗਦਾ, ਚਲੋ ਵੀ ਜੇ ਨਾ ਹੋਊਗੀ ਅੱਗ ਤਾਂ ਮੁੜ ਆਵਾਂਗੇ। ਤੋ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਅੱਗ ਲੱਗੀ ਹੋਈ ਸੀਗੀ, ਤਾਂ ਇਹਨਾਂ ਨੇ ਸਾਨੂੰ ਗਾਂ ਸਟੇਸ਼ਨ 'ਤੇ ਹੈੱਡਕੁਆਟਰ ਸੂਚਨਾ ਦਿੱਤੀ ਬਰਨਾਲੇ ਵੀ ਇੱਕ ਗੱਡੀ ਹੋਰ ਭੇਜੋ ਅੱਗ ਜ਼ਿਆਦਾ ਹੈਗੀ ਅਤੇ ਅਸੀਂ ਅੱਗ ਭਜਾਉਣ ਲੱਗ ਗਏ। ਉਦੋਂ ਨੂੰ ਤੁਹਾਡੀ ਇੱਕ ਗੱਡੀ ਇਹ ਜਿਹੜੀ ਤੁਹਾਡੀ ਪ੍ਰਾਈਵੇਟ ਗੱਡੀ ਹੈ ਭਦੌੜ ਦੀ ਇਹ ਹੈਗੀ, ਅਤੇ ਨਾਲ ਦੀ ਨਾਲ ਅਸੀਂ ਉੱਥੋਂ ਗੱਡੀ ਟਰਨ ਆਊਟ ਕਰਤੀ ਅਤੇ ਆਪਣੇ ਕੋਲ 3 ਗੱਡੀਆਂ ਲੱਗੀਆਂ ਹੋਈਆਂ ਜੀ ਅੱਗ ਕੰਟਰੋਲ ਦੇ ਵਿੱਚ। ਸਕਰੈਪ ਦਾ ਨੁਕਸਾਨ ਹੈ, ਕੋਈ ਜਾਨੀ ਨੁਕਸਾਨ ਤਾਂ ਨਹੀਂ ਜੀ? ਗੱਲ ਨੁਕਸਾਨ ਇਕੱਲਾ ਸਕਰੈਪ ਦਾ ਹੈਗਾ, ਹੁਣ ਜਿਹੜਾ ਨੁਕਸਾਨ ਕਿੰਨਾ ਹੈਗਾ ਜਾਂ ਹੋਰ ਉਹ ਫਰਮਾਲਕ ਦਾ ਸਾਰਾ ਦੇਖੋ ਬਾਅਦ 'ਚ। ਨਹੀਂ ਜੀ, ਕਾਰਨ ਦਾ ਵੀ ਹਜੇ ਬਾਅਦ 'ਚ ਦੇਖ ਲਓ। ਅੱਗ ਤਾਂ ਜੀ ਸਾਡੀ ਗੱਡੀ ਆਈ ਹੈਗੀ ਸਮਝ ਲਓ 2:45 ਵਜੇ ਆਈ ਆ, 20 ਮਿੰਟ ਘੱਟ ਸੀਗੇ 3 ਤੋਂ ਅਤੇ 5 ਮਿੰਟ ਜਾ ਕੇ ਕੰਟਰੋਲ ਕਰ ਲਈ ਸੀ ਅੱਗ ਦੇ ਵਿੱਚ। ਬਰਨਾਲਾ ਤੋਂ ਪੱਤਰਕਾਰ ਚਮਕੌਰ ਸਿੰਘ ਗੱਗੀ ਦੀ ਰਿਪੋਰਟ।